ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪਰਿਸ਼ਦ ਪੰਜਾਬ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ ਸਾਇੰਸ ਐਗਜੀਬਿਸ਼ਨ ਕਰਵਾਈ ਜਾ ਰਹੀ ਹੈ। ਰਾਸ਼ਟਰੀ ਅਵਿਸ਼ਕਾਰ ਅਭਿਆਨ ਔਨਲਾਈਨ ਆਫਲਾਈਨ ਸਾਇੰਸ ਐਗਜੀਬਿਸ਼ਨ ਬਲਾਕ ਪੱਧਰ, ਜ਼ਿਲ੍ਹਾ ਪੱਧਰ ਅਤੇ ਸਟੇਟ ਪੱਧਰ 'ਤੇ ਮਿਤੀ 23/11/2020 ਤੋਂ 28/11/2020 ਨੂੰ ਕਰਵਾਈ ਜਾਣੀ ਹੈ। ਇਸ ਸੰਬੰਧੀ ਜੋ ਦਿਸ਼ਾ ਨਿਰਦੇਸ਼ ਆਏ ਹਨ, ਵਿਗਿਆਨ ਪ੍ਰਦਰਸ਼ਨੀ ਪੰਜਾਬ 6ਵੀਂ ਤੋਂ 8ਵੀਂ ਕਲਾਸ ਦੇ ਲਈ ਬਲਾਕ ਪੱਧਰ ਮਿਤੀ 23/11/2020, ਸਕੂਲ ਪੱਧਰ 'ਤੇ ਵਿਦਿਆਰਥੀ ਮਾਡਲ ਤਿਆਰ ਕਰਕੇ ਉਸ ਦੀ ਵੀਡੀਓ ਬਣਾ ਕੇ ਆਪਣੇ ਅਧਿਆਪਕ ਸਾਹਿਬਾਨ ਰਾਹੀਂ ਸੰਬੰਧਿਤ BM ਵਿਗਿਆਨ ਨੂੰ ਭੇਜਣਗੇ। BM ਵਿਗਿਆਨ ਅਤੇ ਜੱਜ ਅਧਿਆਪਕ ਸਾਹਿਬਾਨ ਸਾਰੀਆਂ ਵੀਡੀਓ ਨੂੰ ਦੇਖ ਕੇ ਬਲਾਕ ਵਿੱਚੋਂ ਪਹਿਲੀ, ਦੂਜੀ ਅਤੇ ਤੀਸਰੀ ਪੁਜੀਸ਼ਨ ਕੱਢਣਗੇ। ਲੋੜ ਪੈਣ ਦੇ ਸੰਬੰਧਿਤ ਸਕੂਲ ਅਧਿਆਪਕ ਸਾਹਿਬਾਨ ਰਾਹੀਂ ਜ਼ੂਮ ਉੱਪਰ ਵਿਦਿਆਰਥੀਆਂ ਨਾਲ ਰਾਬਤਾ ਕੀਤਾ ਜਾ ਸਕਦਾ ਹੈ। ਇਨਾਮੀ ਰਾਸ਼ੀ ਪ੍ਰਤੀ ਬਲਾਕ, ਪਹਿਲੀ ਪੁਜੀਸ਼ਨ 1500 ਰੁਪਏ, ਦੂਸਰੀ ਪੁਜੀਸ਼ਨ 1000 ਰੁਪਏ, ਤੀਸਰੀ ਪੁਜੀਸ਼ਨ ਪਾਉਣ ਵਾਲੇ ਨੂੰ 500 ਰੁਪਇਆ ਜੋ ਹੈ ਉਹ ਦਿੱਤਾ ਜਾਏਗਾ। ਪ੍ਰਬੰਧਕੀ ਖਰਚਾ 1000 ਪ੍ਰਤੀ ਬਲਾਕ, ਸਟੇਸ਼ਨਰੀ, ਭਾਗੀਦਾਰੀ ਸਰਟੀਫਿਕੇਟ, ਜ਼ੂਮ ਪੈਕ ਆਦਿ ਦੇ ਲਈ। ਵਿਗਿਆਨ ਪ੍ਰਦਰਸ਼ਨੀ ਪੰਜਾਬ 9ਵੀਂ ਤੋਂ 10ਵੀਂ ਕਲਾਸ ਲਈ ਬਲਾਕ ਪੱਧਰ ਲਈ ਮਿਤੀ 24/11/2020 ਤੋਂ ਸਕੂਲ ਪੱਧਰ 'ਤੇ ਵਿਦਿਆਰਥੀ ਮਾਡਲ ਤਿਆਰ ਕਰਕੇ ਉਸ ਦੀ ਵੀਡੀਓ ਬਣਾ ਕੇ ਆਪਣੇ ਅਧਿਆਪਕ ਸਾਹਿਬਾਨ ਰਾਹੀਂ ਸੰਬੰਧਿਤ BM ਵਿਗਿਆਨ ਨੂੰ ਭੇਜਣਗੇ। BM ਵਿਗਿਆਨ ਅਤੇ ਜੱਜ ਅਧਿਆਪਕ ਸਾਹਿਬਾਨ ਸਾਰੀਆਂ ਵੀਡੀਓ ਨੂੰ ਦੇਖ ਕੇ ਬਲਾਕ ਵਿੱਚੋਂ ਪਹਿਲੀ, ਦੂਜੀ ਅਤੇ ਤੀਸਰੀ ਪੁਜੀਸ਼ਨ ਕੱਢਣਗੇ। ਲੋੜ ਪੈਣ 'ਤੇ ਸੰਬੰਧਿਤ ਸਕੂਲ ਵਿੱਚ ਵਿਜ਼ਿਟ ਕਰਕੇ ਵਿਦਿਆਰਥੀਆਂ ਨਾਲ ਰਾਬਤਾ ਕੀਤਾ ਜਾ ਸਕਦਾ ਹੈ। ਇਹਨਾਂ ਲਈ ਇਨਾਮੀ ਰਾਸ਼ੀ ਪ੍ਰਤੀ ਬਲਾਕ, ਪਹਿਲੀ ਪੁਜੀਸ਼ਨ 1500, ਦੂਸਰੀ ਪੁਜੀਸ਼ਨ 1000, ਤੀਸਰੀ ਪੁਜੀਸ਼ਨ 500, ਪ੍ਰਬੰਧਕੀ ਖਰਚਾ 1000 ਪ੍ਰਤੀ ਬਲਾਕ, ਸਟੇਸ਼ਨਰੀ, ਭਾਗੀਦਾਰੀ ਸਰਟੀਫਿਕੇਟ, ਜ਼ੂਮ ਪੈਕ ਆਦਿ ਦੇ ਲਈ। ਵਿਗਿਆਨ ਪ੍ਰਦਰਸ਼ਨੀ ਪੰਜਾਬ 6ਵੀਂ ਤੋਂ 8ਵੀਂ ਜ਼ਿਲ੍ਹਾ ਪੱਧਰ ਤੱਕ ਮਿਤੀ 25/11/2020 ਤੋਂ ਬਲਾਕ ਪੱਧਰ 'ਤੇ ਪਹਿਲੀ ਪੁਜੀਸ਼ਨ 'ਤੇ ਆਉਣ ਵਾਲੀ ਟੀਮ ਦੇ ਵਿਦਿਆਰਥੀ ਮਾਡਲ ਤਿਆਰ ਕਰਕੇ ਉਸ ਦੀ ਵੀਡੀਓ ਬਣਾ ਕੇ ਆਪਣੇ ਅਧਿਆਪਕ ਸਾਹਿਬਾਨ ਰਾਹੀਂ ਸੰਬੰਧਿਤ BM ਵਿਗਿਆਨ ਨੂੰ ਭੇਜਣਗੇ। DM BM ਵਿਗਿਆਨ ਅਤੇ ਜੱਜ ਅਧਿਆਪਕ ਸਾਹਿਬਾਨ ਸਾਰੀਆਂ ਵੀਡੀਓਜ਼ ਨੂੰ ਦੇਖ ਕੇ ਜ਼ਿਲ੍ਹੇ ਵਿੱਚੋਂ ਪਹਿਲੀ, ਦੂਜੀ ਅਤੇ ਤੀਸਰੀ ਪੁਜੀਸ਼ਨ ਕੱਢਣਗੇ। ਲੋੜ ਪੈਣ 'ਤੇ ਸੰਬੰਧਿਤ ਸਕੂਲ ਅਧਿਆਪਕ ਸਾਹਿਬਾਨ ਰਾਹੀਂ ਜ਼ੂਮ ਉੱਪਰ ਵਿਦਿਆਰਥੀਆਂ ਨਾਲ ਰਾਬਤਾ ਕੀਤਾ ਜਾ ਸਕਦਾ ਹੈ। ਇਨਾਮੀ ਰਾਸ਼ੀ ਪ੍ਰਤੀ ਜ਼ਿਲ੍ਹਾ, ਪਹਿਲੀ ਪੁਜੀਸ਼ਨ 2100 ਰੁਪਏ, ਦੂਸਰੀ ਪੁਜੀਸ਼ਨ 1500 ਰੁਪਏ, ਤੀਸਰੀ ਪੁਜੀਸ਼ਨ 1000 ਰੁਪਏ, ਪ੍ਰਬੰਧਕੀ ਖਰਚਾ 2900 ਰੁਪਏ ਪ੍ਰਤੀ ਜ਼ਿਲ੍ਹਾ, ਸਟੇਸ਼ਨਰੀ, ਭਾਗੀਦਾਰੀ ਸਰਟੀਫਿਕੇਟ, ਜ਼ੂਮ ਪੈਕ ਆਦਿ ਦੇ ਲਈ। ਵਿਗਿਆਨ ਪ੍ਰਦਰਸ਼ਨੀ ਪੰਜਾਬ 9ਵੀਂ ਤੋਂ 10ਵੀਂ ਜ਼ਿਲ੍ਹਾ ਪੱਧਰ ਮਿਤੀ 26/11/2020 ਨੂੰ ਕਰਵਾਇਆ ਜਾ ਰਿਹਾ ਹੈ। ਬਲਾਕ ਪੱਧਰ 'ਤੇ ਪਹਿਲੀ ਪੁਜੀਸ਼ਨ 'ਤੇ ਆਉਣ ਵਾਲੀ ਟੀਮ ਦੇ ਵਿਦਿਆਰਥੀ ਮਾਡਲ ਤਿਆਰ ਕਰਕੇ ਉਸ ਦੀ ਵੀਡੀਓ ਬਣਾ ਕੇ
ਆਪਣੇ ਅਧਿਆਪਕ ਸਾਹਿਬਾਨ ਰਾਹੀਂ ਸੰਬੰਧਿਤ BM ਵਿਗਿਆਨ ਨੂੰ ਭੇਜਣਗੇ। DM, BM ਵਿਗਿਆਨ ਅਤੇ ਜੱਜ ਅਧਿਆਪਕ ਸਾਹਿਬਾਨ ਸਾਰੀਆਂ ਵੀਡੀਓਜ਼ ਨੂੰ ਦੇਖ ਕੇ ਜ਼ਿਲ੍ਹੇ ਵਿੱਚੋਂ ਪਹਿਲੀ, ਦੂਜੀ ਅਤੇ ਤੀਸਰੀ ਪੁਜੀਸ਼ਨ ਕੱਢਣਗੇ। ਲੋੜ ਪੈਣ 'ਤੇ ਸੰਬੰਧਿਤ ਸਕੂਲ ਵਿੱਚ ਵਿਜ਼ਿਟ ਕਰਕੇ ਵਿਦਿਆਰਥੀਆਂ ਨਾਲ ਰਾਬਤਾ ਕੀਤਾ ਜਾ ਸਕਦਾ ਹੈ। ਇਨਾਮ ਰਾਸ਼ੀ ਪ੍ਰਤੀ ਜ਼ਿਲ੍ਹਾ। ਜ਼ਿਲ੍ਹਾ ਪੱਧਰ 'ਤੇ ਪਹਿਲੀ ਪੁਜੀਸ਼ਨ 2100 ਰੁਪਏ, ਦੂਸਰੀ ਪੁਜੀਸ਼ਨ 1500 ਰੁਪਏ, ਤੀਸਰੀ ਪੁਜੀਸ਼ਨ 1000 ਰੁਪਏ। ਪ੍ਰਬੰਧਕੀ ਖਰਚਾ ਜ਼ਿਲ੍ਹਾ ਵਾਈਜ਼ ਸਟੇਸ਼ਨਰੀ, ਭਾਗੀਦਾਰੀ, ਸਰਟੀਫਿਕੇਟ, ਜੂਮ ਪੈਕ ਆਦਿ ਲਈ 2900 ਰੁਪਏ। ਵਿਗਿਆਨ ਪ੍ਰਦਰਸ਼ਨੀ ਪੰਜਾਬ 6ਵੀਂ ਤੋਂ 8ਵੀਂ, ਸਟੇਟ ਪੱਧਰ, ਮਿਤੀ 27/11/2020। ਜ਼ਿਲ੍ਹਾ ਪੱਧਰ 'ਤੇ ਪਹਿਲੀ ਪੁਜੀਸ਼ਨ 'ਤੇ ਆਉਣ ਵਾਲੀ ਟੀਮ ਦੇ ਵਿਦਿਆਰਥੀ ਮਾਡਲ ਤਿਆਰ ਕਰਕੇ ਉਸ ਦੀ ਵੀਡੀਓ ਬਣਾ ਕੇ ਆਪਣੇ ਅਧਿਆਪਕ ਸਾਹਿਬਾਨ ਰਾਹੀਂ ਸੰਬੰਧਿਤ DM ਵਿਗਿਆਨ ਨੂੰ ਭੇਜਣਗੇ। DM ਵਿਗਿਆਨ ਅਤੇ ਜੱਜਮੈਂਟ ਟੀਮ ਸਾਰੀਆਂ ਵੀਡੀਓ ਨੂੰ ਦੇਖ ਕੇ ਸਟੇਟ ਵਿੱਚੋਂ ਪਹਿਲੀ, ਦੂਜੀ ਅਤੇ ਤੀਸਰੀ ਪੁਜੀਸ਼ਨ ਕੱਢਣਗੇ। ਲੋੜ ਪੈਣ 'ਤੇ ਸੰਬੰਧਿਤ ਸਕੂਲ ਅਧਿਆਪਕ ਸਾਹਿਬਾਨ ਰਾਹੀਂ ਜ਼ੂਮ ਉੱਪਰ ਵਿਦਿਆਰਥੀਆਂ ਨਾਲ ਰਾਬਤਾ ਕੀਤਾ ਜਾ ਸਕਦਾ ਹੈ। ਇਨਾਮੀ ਰਾਸ਼ੀ ਸਟੇਟ ਪੱਧਰ ਲਈ, ਜੋ ਕਿ ਇਨਾਮੀ ਰਾਸ਼ੀ ਸਟੇਟ ਪੱਧਰ ਲਈ ਪਹਿਲੀ ਪੁਜੀਸ਼ਨ 5100, ਦੂਸਰੀ ਪੁਜੀਸ਼ਨ ਪਾਉਣ ਵਾਲੇ ਨੂੰ 3100, ਤੀਸਰੀ ਪੁਜੀਸ਼ਨ ਪਾਉਣ ਵਾਲੇ ਨੂੰ 2100 ਰੁਪਿਆ ਇਨਾਮ ਜਿਹੜਾ ਹੈ ਉਹ ਦਿੱਤਾ ਜਾਏਗਾ। ਪ੍ਰਬੰਧਕੀ ਖਰਚਾ 12,700, ਸਟੇਟ ਪੱਧਰ ਲਈ ਸਟੇਸ਼ਨਰੀ, ਭਾਗੀਦਾਰੀ, ਸਰਟੀਫਿਕੇਟ, ਜੂਮ ਪੈਕ ਆਦਿ ਲਈ ਦਿੱਤਾ ਜਾਊਗਾ। ਵਿਗਿਆਨ ਪ੍ਰਦਰਸ਼ਨੀ ਪੰਜਾਬ 9ਵੀਂ ਤੋਂ 10ਵੀਂ ਸਟੇਟ ਪੱਧਰ ਲਈ ਮਿਤੀ 28/11/2020 ਨੂੰ ਕਰਵਾਈ ਜਾਊਗੀ। ਜ਼ਿਲ੍ਹਾ ਪੱਧਰ 'ਤੇ ਪਹਿਲੀ ਪੁਜੀਸ਼ਨ 'ਤੇ ਆਉਣ ਵਾਲੀ ਟੀਮ ਦੇ ਵਿਦਿਆਰਥੀ ਮਾਡਲ ਤਿਆਰ ਕਰਕੇ ਉਸ ਦੀ ਵੀਡੀਓ ਬਣਾ ਕੇ ਆਪਣੇ ਅਧਿਆਪਕ ਸਾਹਿਬਾਨ ਰਾਹੀਂ ਸੰਬੰਧਿਤ DM ਵਿਗਿਆਨ ਨੂੰ ਭੇਜਣਗੇ। DM ਵਿਗਿਆਨ ਅਤੇ ਜੱਜਮੈਂਟ ਟੀਮ ਸਾਰੀਆਂ ਵੀਡੀਓਜ਼ ਨੂੰ ਦੇਖ ਕੇ ਸਟੇਟ ਵਿੱਚੋਂ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਕੱਢਣਗੇ। ਲੋੜ ਪੈਣ 'ਤੇ ਸੰਬੰਧਿਤ ਸਕੂਲ ਅਧਿਆਪਕ ਸਾਹਿਬਾਨ ਰਾਹੀਂ ਜ਼ੂਮ ਉੱਪਰ ਵਿਦਿਆਰਥੀਆਂ ਨਾਲ ਰਾਬਤਾ ਕੀਤਾ ਜਾ ਸਕਦਾ ਹੈ। ਇਨਾਮੀ ਰਾਸ਼ੀ ਸਟੇਟ ਪੱਧਰ ਲਈ ਪਹਿਲੀ ਪੁਜੀਸ਼ਨ 5100 ਰੁਪਏ, ਦੂਸਰੀ ਪੁਜੀਸ਼ਨ 3100 ਰੁਪਏ, ਤੀਸਰੀ ਪੁਜੀਸ਼ਨ 2100 ਰੁਪਏ। ਪ੍ਰਬੰਧਕੀ ਖਰਚਾ 12,700, ਸਟੇਟ ਪੱਧਰ, ਸਟੇਸ਼ਨਰੀ, ਭਾਗੀਦਾਰੀ, ਸਰਟੀਫਿਕੇਟ ਅਤੇ ਜ਼ੂਮ ਪੈਕ ਲਈ ਦਿੱਤਾ ਜਾਵੇਗਾ। ਇਸ ਤੋਂ ਇਲਾਵਾ DM BM ਵਿਗਿਆਨ ਔਨਲਾਈਨ ਔਫਲਾਈਨ ਸਾਇੰਸ ਐਗਜੀਬਿਸ਼ਨ ਦਾ ਸਾਰਾ ਕੰਮ ਜ਼ਿਲ੍ਹਾ ਸਿੱਖਿਆ ਅਫਸਰ ਦੀ ਨਿਗਰਾਨੀ ਅਗਵਾਈ ਹੇਠ ਕਰਨਗੇ। ਉਪਰੋਕਤ ਜ਼ਿਲ੍ਹਾ ਵਾਰ ਰਾਸ਼ੀ ਸਾਇੰਸ ਐਗਜੀਬਿਸ਼ਨ ਲਈ ਜ਼ਿਲ੍ਹਾ ਸਿੱਖਿਆ ਦਫ਼ਤਰ ਸੀਨੀਅਰ ਸੈਕੰਡਰੀ ਵੱਲੋਂ ਖਰਚੀ ਜਾਣੀ ਹੈ। ਇਸ ਲਈ ਜ਼ਿਲ੍ਹਾ ਸਿੱਖਿਆ ਅਫਸਰ ਸੀਨੀਅਰ ਸੈਕੰਡਰੀ ਆਪਣੇ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫਸਰ ਨਾਲ ਤਾਲਮੇਲ ਕਰਕੇ ਇਹ ਰਾਸ਼ੀ ਦੀ ਵਰਤੋਂ ਕਰਨਗੇ। ਹੋਰ ਵਧੇਰੇ ਜਾਣਕਾਰੀ ਲਈ ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ। ਧੰਨਵਾਦ।